ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਸ਼ੀਰ ਦਸਤਵ ਵਿੱਚ ਗੱਲ ਕਰਦੇ ਆ ਹੱਕ ਸੱਚ ਇਨਸਾਫ ਅਤੇ ਧਰਮ ਤੇ ਆਧਾਰਿਤ ਅਵੀ ਮੀ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਵਾਲੇ ਜਥੇਦਰ ਦਮਦਮ ਦੀ ਟਕਸਾਲ ਵੱਲੋਂ ਅਰੰਭ ਹੋਏ ਸਿੱਖ ਸੰਘਰਸ਼ ਦੇ ਯੋਧੇ ਸ਼ਹੀਦ ਭਾਈ ਗੁਰਦੀਪ ਸਿੰਘ ਦੀਪਾ ਦੇ ਸੰਬੰਧ ਵਿੱਚ ਉਹ ਸਪਾਈ ਗੁਰਦੀਪ ਸਿੰਘ ਦੀਪਾ ਦੇ ਸੰਬੰਧ ਵਿੱਚ ਜਿਸ ਨੇ ਸਹੀ ਅਰਥਾਂ ਦੇ ਵਿੱਚ ਗੁਰੂ ਦਾ ਦੀਪ ਬਣ ਕੇ ਜਿਹੜਾ ਚਾਨਣ ਵੰਡਿਆ ਸਿੱਖ ਸੰਘਰਸ਼ ਦੇ ਦੌਰਾਨ ਉਹ ਚਾਨਣ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਦੇ ਵਾਸਤੇ ਇੱਕ ਚਾਨਣ ਮਨਾਰਾ ਹੋਵੇਗਾ ਉਹ ਚਾਨਣ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇੱਕ ਸੇਧਮਈ ਵਰਤਾਰਾ ਹੋਵੇਗਾ ਜਿਸ ਤੋਂ ਸੇਧ ਪ੍ਰਾਪਤ ਕਰਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਹੱਕਾਂ ਹਿੱਤਾਂ ਦੀ ਪੂਰਤੀ ਅਤੇ ਕੌਮੀ ਆਜ਼ਾਦੀ ਵਾਸਤੇ ਜਤਨਸ਼ੀਲ ਹੋਣ ਗਿਆ ਅਤੇ ਜਤਨਸ਼ੀਲ ਹੋਣ ਗਿਆ ਆਪਣੇ ਆਜ਼ਾਦ ਸਿੱਖ ਰਾਜ ਖਾਲਸਤਾਨ ਵਾਸਤੇ ਚੱਲ ਰਹੇ ਸੰਗਾਸ਼ਨ ਨੂੰ ਫਤਿਹ ਕਰਨ ਵਾਸਤੇ ਸੋ ਗੁਰੂ ਦੇ ਉਸਦੀਪ ਸ਼ਹੀਦ ਭਾਈ ਗੁਰਦੀਪ ਸਿੰਘ ਦੀ ਪਾਦਾ ਜਨਮ ਪਿੰਡ ਹੀਰਾ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਵਿਖੇ ਸਰਦਾਰ ਸੁਰਜੀਤ ਸਿੰਘ ਦੇ ਘਰੇ ਮਾਤਾ ਗੁਰਪਚਨ ਕੌਰ ਦੀ ਕੁੱਖੋਂ ਹੋਇਆ ਸੀ ਸਰਦਾਰ ਸੁਰਜੀਤ ਸਿੰਘ ਭਾਰਤੀ ਸਮੁੰਦਰੀ ਫੌਜ ਨੇਵੀ ਦੇ ਵਿੱਚ ਨੌਕਰੀ ਕਰਦੇ ਸੀ ਜਿੱਥੋਂ ਉਹਨਾਂ ਨੂੰ ਬਾਅਦ ਵਿੱਚ ਸਰਵਸਪੂਰੀ ਹੋਣ ਮਗਰੋਂ ਰਿਟਾਇਰਮੈਂਟ ਹੋ ਗਈ ਸੀ ਅਗਰ ਪਰਿਵਾਰ ਦੀ ਗੱਲ ਕਰੀਏ ਤਾਂ ਸਰਦਾਰ ਸੁਰਜੀਤ ਸਿੰਘ ਅਤੇ ਮਾਤਾ ਗੁਰਬਚਨ ਕੌਰ ਨੂੰ ਅਕਾਲ ਪੁਰਖ ਵਾਹਿਗੁਰੂ ਨੇ ਤਿੰਨ ਪੁੱਤਰ ਅਤੇ ਦੋ ਧੀਆਂ ਦੀ ਦਾਤ ਬਖਸ਼ਿਸ਼ ਕੀਤੀ ਹੋਈ ਸੀ ਜਿਨ੍ਹਾਂ ਦੇ ਵਿੱਚ ਸਰਦਾਰ ਜੰਗ ਬਹਾਦਰ ਸਿੰਘ ਸਰਦਾਰ ਅਮਰਤਪਾਲ ਸਿੰਘ ਅਤੇ ਸ਼ਹੀਦ ਪਾਈ ਗੁਰਦੀਪ ਸਿੰਘ ਅੰਤੀਪਾ ਸਰਦਾਰ ਸਰਜੀਤ ਸਿੰਘ ਅਤੇ ਮਾਤਾ ਗੁਰਬਚਨ ਕੌਰ ਦਾ ਇਹ ਪਰਿਵਾਰ ਪਿਛੋਕੜ ਦੇ ਤੌਰ ਤੇ ਪਿੰਡ ਚਿੱਟੀ ਦਾ ਵਸਨੀਕ ਸੀ ਪਰ ਬਹੁਤ ਲੰਬਾ ਸਮਾਂ ਪਹਿਲਾਂ ਇਹਨਾਂ ਨੇ ਹੀਰਾ ਵਿੱਚ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਆਰਥਿਕ ਪੱਖ ਤੋਂ ਬੜਾ ਹੀ ਮਜ਼ਬੂਤ ਪਰਿਵਾਰ ਸੀ ਕਾਫੀ ਏਕੜ ਜ਼ਮੀਨ ਦਾ مالک ਸੀ ਇਹ ਪਰਿਵਾਰ ਔਰ ਹਰ ਪਖਤੋਂ ਖੁਸ਼ਹਾਲ ਸੀ ਸਿਪਾਈ ਗੁਰਦੀਪ ਸਿੰਘ ਦੀਪਾ ਨੇ ਆਪਣੀ ਪੜਾਈ ਦਾ ਆਗਾਜ਼ ਆਪਣੇ ਪਿੰਡ ਦੇ ਸਕੂਲ ਤੋਂ ਹੀ ਕੀਤਾ ਪ੍ਰਾਇਮਰੀ ਦਾ ਇਗਜ਼ਾਮ ਪਾਸ ਕੀਤਾ ਪ੍ਰਾਇਮਰੀ ਭਾਵ ਪੰਜਵੀਂ ਜਮਾਤ ਜਦੋਂ ਉਹਨੇ ਪਾਸ ਕਰ ਲਈ ਪ੍ਰਾਇਮਰੀ ਸਕੂਲ ਦੇ ਵਿੱਚ ਤਾਫੀਰ ਹਾਈ ਸਕੂਲ ਦੇ ਵਿੱਚ ਦਾਖਲਾ ਲਿਆ ਜਿੱਥੋਂ ਪਾਈ ਗੁਰਦੀਪ ਸਿੰਘ ਨੇ ਦਸਵੀਂ ਦਾ ਇਮਤਿਹਾਨ ਪਾਸ ਕੀਤਾ ਕੁਝ ਸਮਾਂ ਪਰਿਵਾਰ ਦੇ ਨਾਲ ਖੇਤੀਬਾੜੀ ਦੇ ਕਾਰੋਬਾਰ ਦੇ ਵਿੱਚ ਹੱਥ ਵਟਾਇਆ ਪਰ ਇਹ ਉਹ ਸਮਾਂ ਆ ਚੁੱਕਾ ਸੀ ਸਾਲ 1985 ਦਾ ਜਦੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਜੂਨ 1983 ਨੂੰ ਖੂਨੀ ਕਲੂਕਾਰਾ ਵਾਪਰ ਗਿਆ ਸੀ ਸਦੀਆਂ ਬਾਅਦ ਸਿੱਖ ਕੌਮ ਨੂੰ ਪ੍ਰਾਪਤ ਹੋਏ ਇੱਕ ਸੂਰਬੀਰ ਜੋਧੀ ਜਰਨੇਲਾਂ ਦੇ ਜਰਨੇਲ ਅਤੇ ਸੰਤਾਂ ਦੇ ਸੰਤ ਬਹੁਤ ਹੀ ਸਤਿਕਾਰਯੋਗ ਸੰਤ ਜਰਨੇਲ ਸਿੰਘ ਜੀ ਖਾਸਾ ਪਿੰਡਰਾ ਵਾਲੀ ਸ਼ਹੀਦ ਹੋ ਚੁੱਕੇ ਹਨ ਭਾਈ ਅਮਰੀਕ ਸਿੰਘ ਜੀ ਪ੍ਰਦਾਨ ਸਖਸਤੂਰਾ ਫੈਡਰੇਸ਼ਨ ਬੀਬੀ ਉਪਕਾਰ ਘੋਰ ਅਤੇ ਜਨਰਲ ਸ਼ੁਭੇਗ ਸਿੰਘ ਜੀ ਵਰਗੇ ਜੋਧੀ ਸ਼ਹਾਦਤਾਂ ਦਾ ਜਾਮ ਪੀ ਚੁੱਕੇ ਸਨ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਹੋਏ ਸੋ ਇਸ ਖੂਨੀ ਕੱਲੂਕਾਰੀ ਦੇ ਨਾਲ ਸਮੁੱਚੀ ਸਿੱਖ ਮਾਨਸਿਕਤਾ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਚੁੱਕੀ ਸੀ ਤਾਂ ਤੇ ਸਿੱਖਾਂ ਨੂੰ ਪੰਜਾਬ ਵਿੱਚ ਵਸਦੇ ਸਿੱਖਾਂ ਨੂੰ ਖਾਸ ਕਰਕੇ ਇਹ ਮਹਿਸੂਸ ਹੋ ਰਿਹਾ ਸੀ ਕਿ ਭਾਰਤ ਉਹਨਾਂ ਦਾ ਦੇਸ਼ ਨਹੀਂ ਬਲਕਿ ਇੱਕ ਭਰਾਇਆ ਦੇਸ਼ ਹੈ ਸੋ ਆਪਣੇ ਕਾਰ ਵਾਸਤੇ ਆਪਣੇ ਦੀਸ਼ ਵਾਸਤੇ ਸਿੱਖ ਨੌਜਵਾਨਾਂ ਵੱਲੋਂ ਸੰਘਰਸ਼ ਅਰੰਭ ਜਾ ਚੁੱਕਾ ਸੀ ਜੀਰਾ ਕੇ ਸਮਰਪਿਤ ਸੀ ਉਸ ਮਹਾਪੁਰਖ ਸੰਤ ਜਰਨੈਲ ਸਿੰਘ ਦੀ ਖਾਸਾ ਪੰਦਰਾਂ ਵਾਲਿਆਂ ਦੇ ਉਹਨਾਂ ਬਚਨਾਂ ਨੂੰ ਕਿ ਅਗਰ ਭਾਰਤ ਸਰਕਾਰ ਨੇ ਕਿਸੇ ਵੀ ਫੋਰਸ ਦੇ ਰੂਪ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਸਿੱਖ ਕੌਮ ਆਜ਼ਾਦ ਸਿੱਖ ਰਾਜ ਖਾਲਸਾਤਾਨ ਲਈ ਸੰਘਰਸ਼ ਲੜੇਗੀ ਸੋ ਸਿੱਖ ਜੋਧਿਆ ਬਲੋ ਸੰਘਰਸ਼ ਅਰੰਭਿਆ ਜਾ ਚੁੱਕਾ ਸੀ ਅਤੇ ਦੂਸਰੀ ਪਾਸੇ ਤਰਮਜਦ ਮੋਰਚਾ ਲਾਉਣ ਵਾਲਾ ਹਰਚੰਦ ਸਿੰਘ ਲੰਗੋਵਾਲ ਗਦਾਰੀ ਆਜ਼ਮ ਠੰਡੇ ਰਸਗੁਲੇ ਖਾ ਕੇ ਰਜੀਵ ਗਾਂਧੀ ਦੇ ਨਾਲ ਜੁਲਾਈ 1985 ਦੌਰਾਨ ਸਮਝੌਤਾ ਕਰ ਚੁੱਕਾ ਸੀ ਸੋ ਸਮਝੌਤੇ ਵਿੱਚ ਤੈਅ ਹੋਇਆ ਸੀ ਕਿ ਪੰਜਾਬ ਦੇ ਵਿੱਚ ਚੋਣਾਂ ਹੋਣਗੀਆਂ ਅਤੇ ਚੋਣਾਂ ਤੋਂ ਬਾਅਦ ਨੀਲਾ ਕਾਂਗਰਸੀ ਸਰਜੀਤ ਬਰਨਾਲਾ ਇਹ ਤਾਂ ਮੁੱਖ ਮੰਤਰੀ ਬਣੇਗਾ ਸੋ ਇਸੇ ਹੀ ਸਮਝੌਤੇ ਅਧੀਨ ਰੱਖੀ ਗਈ ਇਸ ਗੋਪਤ ਸ਼ਰਤ ਦੇ ਮੁਤਾਬਕ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋਇਆ ਸੰਗਠਿਤ ਅਕਾਲੀ ਦਲ ਜਿਸ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਨ ਅਤੇ ਕਨਵੀਨਰ ਬਾਬਾ ਜਗਿੰਦਰ ਸਿੰਘ ਜੀ ਸੰਜੋਕੇ ਸਤਕਾਰਯੋਗ ਪਿਤਾ ਸਨ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਸੋ ਸੰਯੁਕਤ ਅਕਾਲੀ ਦਲ ਵੱਲੋਂ ਇਹਨਾਂ ਇਲੈਕਸ਼ਨਾਂ ਦਾ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਅਤੇ ਇਸ ਬਾਈਕਾਟ ਨੂੰ ਸਫਲ ਬਣਾਉਣ ਵਾਸਤੇ ਸਖਸ ਟੂਰਨਸ ਫੈਡਰੇਸ਼ਨ ਅਤੇ ਦਮਦਮੀ ਟਕਸਾਲ ਨੇ ਵੱਖ-ਵੱਖ ਥਾਵਾਂ 'ਤੇ ਪ੍ਰਚਾਰ ਕੀਤਾ ਲੀਫਲੇਟ ਸ਼ਾਫ ਸ਼ਾਹ ਕੇ ਵੰਡੇ ਪਿੰਡਾਂ-ਪਿੰਡਾਂ ਦੇ ਵਿੱਚ ਪੋਸਟਰ ਲਗਾਏ ਔਰ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਚਾਰ ਕਿ ਜਥੇ ਬਣਾ ਕੇ ਭੇਜੇ ਗਏ ਇਸੇ ਤਰ੍ਹਾਂ ਹੀ ਜਦੋਂ ਨਕੋਦਰ ਇਲਾਕੇ ਦੀ ਵਾਰੀ ਆਈ ਤਾਂ ਪਾਈ ਗੁਰਦੀਪ ਸਿੰਘ ਦੀ ਪਾਰ ਨੇ ਇਸ ਬਾਈਕਾਟ ਨੂੰ ਸਫਲ ਬਣਾਉਣ ਵਾਸਤੇ ਦਿਨ ਰਾਤ ਮਿਹਨਤ ਕੀਤੀ ਬਾਈਕਾਟ ਸਫਲ ਹੋ ਗਿਆ ਦੂਸਰੇ ਪਾਸੇ ਪਿੰਡ ਦੇ ਹੀ ਰਹਿਣ ਵਾਲੇ ਇੱਕ ਸਰਕਾਰੀ ਟਾਊਟ ਮਤਸਵੀ ਵਿਅਕਤੀ ਰਾਮ ਰਤਨ ਉਸ ਦੀ ਭਾਰੀ ਤਕਲੀਫ ਹੋ ਗਈ ਜਿਸ ਨੇ ਨਕੋਦਰ ਥਾਣੇ ਦੇ ਵਿੱਚ ਇਹ ਇਤਲਾਹ ਦੇ ਦਿੱਤੀ ਕਿ ਇਸੇ ਹੀ ਪਿੰਡ ਦਾ ਰਹਿਣ ਵਾਲਾ ਪਾਈ ਗੁਰਦੀਪ ਸਿੰਘ ਸਖਸ ਟੂਨਾ ਫੈਡਰੇਸ਼ਨ ਦਾ ਮੈਂਬਰ ਹੈ ਅਤੇ ਉਹ ਖਾਰਕੂਆਂ ਦੇ ਨਾਲ ਮਿਲਿਆ ਹੋਇਆ ਹੈ ਇਹ ਗੱਲ 1986 ਦੇ ਅਖੀਰ ਦੀ ਹੈ ਪੁਲਿਸ ਨੇ ਪਾਈ ਗੁਰਦੀਪ ਸਿੰਘ ਦੀਪਾ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੋਸਤ ਰਾਮ ਰਤਨ ਨੇ ਕੋਲ ਖੜੇ ਹੋ ਕੇ ਨਕੋਦਰ ਥਾਣੇ ਦੇ ਵਿੱਚ ਪਾਈ ਗੁਰਦੀਪ ਸਿੰਘ ਦੀ ਪਾਤੀ ਤੇ ਸ਼ਰਧਤ ਕਰਵਾਇਆ ਅਖੀਰ 2554 59 ਆਰਮਜ਼ ਐਕਟ ਦੀ ਤਾਰਾ ਅਧੀਨ ਅਸਲੇ ਦਾ ਝੂਠਾ ਕੇਸ ਪਾ ਕੇ ਪਾਈ ਗੁਰਦੀਪ ਸਿੰਘ ਦੀ ਪਾ ਨੂੰ ਜਲੰਧਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਕ੍ਰੀਬ 22 ਮਹੀਨਿਆਂ ਬਾਅਦ ਪਾਈ ਗੁਰਦੀਪ ਸਿੰਘ ਦੀਆਂ ਜ਼ਮਾਨਤਾਂ ਹੋ ਗਈਆਂ ਪਰ ਜੇਲ੍ਹ ਦੇ ਵਿੱਚ ਹੀ ਪਾਈ ਗੁਰਦੀਪ ਸਿੰਘ ਨੇ ਇਹ ਸੋਚ ਲਿਆ ਸੀ ਕਿ ਜਦੋਂ ਵੀ ਉਹ ਬਾਹਰ ਜਾਵੇਗਾ ਇਸ ਰਾਮਰਤਨ ਨੂੰ ਇਸਤੇ ਕੀਤੇ ਹੋਏ ਇਸ ਕੁਕਰਮ ਦੀ ਇਸ ਗਦਾਰੀ ਦੀ ਸਜ਼ਾ ਜ਼ਰੂਰ ਦੇਵੇਗਾ ਸੋ ਉਹ ਸਜ਼ਾ ਭਾਈ ਗੁਰਦੀਪ ਸਿੰਘ ਦੀਪਾ ਨੇ ਆਪਣੇ ਸਾਥੀ ਭਾਈ ਸੁਖਦੇਵ ਸਿੰਘ ਹੀਰਾ ਦੇ ਨਾਲ ਮਿਲ ਕੇ ਮਾਰਚ 1987 ਨੂੰ ਦੇ ਦਿੱਤੀ ਰਾਮਰਤਨ ਸੋਧਤਾ ਅਤੇ ਰੂਪੂਸ਼ ਜ਼ਿੰਦਗੀ ਦਾ ਆਰੰਭ ਹੋ ਗਿਆ ਭਾਈ ਗੁਰਦੀਪ ਸਿੰਘ ਦੀਪਾ ਦਾ ਕੁਝ ਸਮਾਂ 80 ਪਾਸੇ ਰਹਾ ਅਤੇ ਬਾਅਦ ਦੇ ਵਿੱਚ ਭਾਈ ਗੁਰਦੀਪ ਸਿੰਘ ਦੀਪਾ ਅਤੇ ਭਾਈ ਸੁਖਦੇਵ ਸਿੰਘ ਹੀਰਾ ਦੋਵੇਂ ਜਣੇ ਗੁਰਦੁਆਰਾ ਬਾਬਾ ਸੰਗਟੇ ਸਾਬੇ へ ਆਏ ਜਿੱਥੇ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਸਿੰਘਾਂ ਦਾ ਉਸ ਵੇਲੇ ਇੱਕ ਹੈੱਡਕੁਆਰਟਰ ਹੋਇਆ ਕਰਦਾ ਸੀ ਔਰ ਬੜਾ ਲੰਬਾ ਸਮਾਂ ਇਹ ਹੈੱਡਕੁਆਰਟਰ ਬਣਿਆ ਰਿਹਾ ਸੀ ਸੋ ਕੁਝ ਸਮਾਂ ਪਾਈ ਗੁਰਜੀਤ ਸਿੰਘ ਦੀ ਪਾਨੇ ਅਤੇ ਬਤਿਹਤ ਕੀਤਾ ਅਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਵਿੱਚ ਸ਼ਾਮਲ ਹੋ ਕੇ ਖਾਰਕੂ ਗਤੀਵਿਧੀਆਂ ਕਰਨੀਆਂ ਆਰੰਭ ਕਰ ਦਿੱਤੀਆਂ ਉਸ ਦੀਆਂ ਖਾਰਕੂ ਗਤੀਵਿਧੀਆਂ ਦਾ ਖਾਰਕੂ ਕਾਰਵਾਈਆਂ ਦਾ ਲੇਖਾ ਜੋਕਾ ਬੜਾ ਹੀ ਵਿਸ਼ਾਲ ਹੈ ਪੁਲਿਸ ਦੇ ਰਿਕਾਰਡ ਅਨੁਸਾਰ ਪਾਈ ਗੁਰਜੀਤ ਸਿੰਘ ਦੀ ਪਾ ਸਿੱਧੇ ਅਤੇ ਅਸਿੱਧੇ ਤੌਰ ਤੇ 217 ਵਿਅਕਤੀਆਂ ਨੂੰ ਕਤਲ ਕਰਨ ਦਾ ਦੋਸ਼ੀ ਸੀ ਪਾਈ ਗਰਦੀਪ ਸਿੰਘ ਦੀਪਾ ਸੈਂਤੀ ਵਾਹਨ ਖੋਣ ਦਾ ਦੋਸ਼ੀ ਸੀ ਜਿਨ੍ਹਾਂ ਵਾਹਨਾਂ ਦੇ ਵਿੱਚ ਕਾਰਾਂ ਜੀਪਾਂ ਮੋਟਰਸਾਈਕਲ ਸਕੂਟਰ ਅਤੇ ਟਰੈਕਟਰ ਸ਼ਾਮਲ ਸਨ ਔਰ ਜਿਨ੍ਹਾਂ ਦੀ ਵਰਤੋਂ ਪਾਈ ਗਰਦੀਪ ਸਿੰਘ ਦੀਪਾ ਨੇ ਖਾੜਕੂ ਕਾਰਵਾਈਆਂ ਨੂੰ ਅੰਜਾਮ ਦੇਣ ਵਾਸਤੇ ਕੀਤੀ ਸੀ ਸੋ ਮੁੱਖ ਤੌਰ ਤੇ ਜੇ ਗੱਲ ਕਰੀਏ ਪਾਈ ਗਰਦੀਪ ਸਿੰਘ ਦੀਪਾ ਦੀ ਸੁਭਾਅ ਦੀ ਤਾਂ ਇਹਨਾਂ ਵਧੀਆ ਸੁਭਾਅ ਸੀ ਪਾਈ ਗਰਦੀਪ ਸਿੰਘ ਦੀਪਾ ਦਾ ਕਿ ਉਹ ਜਿਸ ਨੂੰ ਮਿਲਦਾ ਸੀ ਉਸ ਦਾ ਹੀ ਉਹ ਹੋ ਜਾਂਦਾ ਸੀ ਤੇ ਉਸ ਨੂੰ ਉਹ ਆਪਣਾ ਹੀ ਬਣਾ ਲੈਂਦਾ ਸੀ ਜਿਹੜਾ ਵੀ ਪਹਿਲੀ ਵਾਰ ਭਾਈ ਗੁਰਜੀਤ ਸਿੰਘ ਨੂੰ ਮਿਲਦਾ ਤਾਂ ਉਸ ਨੂੰ ਇੰਜ ਮਹਿਸੂਸ ਹੁੰਦਾ ਸੀ ਕਿ ਉਹ ਇਸ ਵਿਅਕਤੀ ਨੂੰ ਬੜੇ ਲੰਬੇ ਸਮੇਂ ਤੋਂ ਜਾਣਦਾ ਮੈਨੂੰ ਯਾਦ ਹੈ ਕਿ 22 ਅਪ੍ਰੈਲ ਦਾ ਦਿਨ ਰਾਤ ਦਾ ਵਕਤ ਸੀ 8 ਵਜੇ ਮੈਂ ਤੇ ਭਾਈ ਸਤਪਾਸ ਅਸੀਂ ਤਲੋ ਸਕੂਟਰ ਤੇ ਗੁਰਦੁਆਰਾ ਬਾਬਾ ਸੰਕੇਸੀਆਂ ਗਈ ਸੀ ਜਿੱਥੇ ਪਾਈ ਗੁਰਦੀਪ ਸਿੰਘ ਦੀਪਾ ਦੇ ਨਾਲ ਪਹਿਲੀ ਵਾਰ ਮੁਲਾਕਾਤ ਹੋਈ ਸੀ ਕਿਉਂਕਿ 19 ਅਪ੍ਰੈਲ 1987 ਦੀ ਰਾਤ ਨੂੰ ਮੈਂ ਗੁਰਾਇ ਠਾੜੇ ਵਿੱਚੋਂ ਭੱਜ ਕੇ ਗਿਆ ਸੀ ਸਪਾਈ ਗੁਰਦੀਪ ਸਿੰਘ ਦੀਪਾ ਨੇ ਆਪਣੀਆਂ ਖਾਸ ਕਾਰਵਾਈਆਂ ਦਾ ਅਗਾਜ਼ ਕੀਤਾ ਔਰ ਪਿੰਡ ਮਠੱਡਾ ਕਲਾਂ ਦੇ ਇੱਕ ਮਤਸਵੀ ਕਾਮਰੇਟ ਡਾਕਟਰ ਗੁਰਦੇਵ ਸਿੰਘ ਨੂੰ ਸੌਦਾ ਲਗਾਇਆ ਜੰਦਰ ਲਾਵ ਸਿੰਘ ਮੁਖੀ ਖਾਲਸਤਾਨ ਕਮਾਂਡੋ ਫੋਰਸ ਵੱਲੋਂ 11 ਨਕਤੀ ਪ੍ਰੋਗਰਾਮ ਲਾਗੂ ਕੀਤਾ ਗਿਆ ਸਮਾਜ ਸੁਧਾਰ ਦਾ ਜਿਸ ਨੂੰ ਅਮਲ ਵਿੱਚ ਲਿਆਉਣ ਵਾਸਤੇ ਭਾਈ ਗੁਰਦੀਪ ਸਿੰਘ ਦੀਪਾ ਨੇ ਵਕ ਵਕਤਾਂ ਮਤੇ ਕਾਰਵਾਈਆਂ ਕੀਤੀਆਂ ਸਰਬਣ ਚੀਮਾ ਹੋਵੇ ਬਲਵੰਤਾ ਸਰਾਲ ਹੋਵੇ ਲਕਚਰ ਗਾਇਕ ਅਤੇ ਸਖ ਸਤੂਰਾ ਫੈਡਰੇਸ਼ਨ ਦਾ ਨਾਮ ਬਦਰਾਮ ਕਰਨ ਵਾਲਾ ਅਮਰਚੰਦ ਇਲਾਹ ਹੋਵੇ ਇਸੇ ਤਰ੍ਹਾਂ ਹੀ ਦਰਸ਼ਨ ਕੇ ਵੀ ਹੋਵੇ ਜਾਂ ਪੁਲਿਸ ਦਾ ਥਾਣੇਦਾਰ ਮਾਨ ਸਿੰਘ ਮਾਨਾ ਹੋਵੇ ਸੋ ਇਹੋ ਜੈ ਲੋਕਾਂ ਨੂੰ ਜਿਹੜੇ ਕਿ ਉਸ ਵੇਲੇ ਸਮਾਜ ਤੇ ਇੱਕ ਕਲੰਕ ਬਣ ਚੁੱਕੇ ਸਨ ਜਿਹੜੇ ਸਿੱਖ ਨੌਜਵਾਨਾਂ ਦੇ ਖਿਲਾਫ ਪੈਰ ਪੈਰ ਤੇ ਭੁਗਤਦੇ ਸਨ ਉਹਨਾਂ ਨੂੰ ਲੱਭ ਲੱਭ ਕੇ ਭਾਈ ਗੁਰਦੀਪ ਸਿੰਘ ਦੀ ਪਾਣੇ ਸਜ਼ਾਾਂ ਦਿੱਤੀਆਂ ਔਰ ਵੱਡੀ ਪੱਧਰ ਤੇ ਸਜ਼ਾਾਂ ਦਿੱਤੀਆਂ ਸੋ ਉਹ ਸਪਾਈ ਗੁਰਦੀਪ ਸਿੰਘ ਦੀਪਾ ਦੇ ਐਕਸ਼ਨਾਂ ਦੀ ਸਾਂਝ ਵੱਖਰੀ ਵੀਡੀਓ ਵਿੱਚ ਪਾਈ ਗਈ ਹੈ ਪਰ ਇਸ ਵੀਡੀਓ ਦੇ ਵਿੱਚ ਆਪਾਂ ਉਸ ਦੇ ਪਰਿਵਾਰ ਦੀ ਹੀ ਜ਼ਿਆਦਾ ਗੱਲ ਕਰਾਂਗੇ ਉਹ ਪਰਿਵਾਰ ਜਿਸ ਪਰਿਵਾਰ ਨੂੰ ਪਾਈ ਗੁਰਦੀਪ ਸਿੰਘ ਦੀਪਾ ਤੇ ਦੇ ਰੂਪ ਉਸ ਜੀਵਨ ਦੌਰਾਨ ਬਹੁਤ ਹੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਇਹ ਭਾਰਤ ਦਾ ਹੀ ਇੱਕ ਵਰਤਾਰਾ ਹੈ ਉੱਥੋਂ ਦੀ ਪੁਲਿਸ ਤਾਂ ਹੀ ਏਕ ਸੁਭਾ ਹੈ ਕਿ ਇੱਕ ਵਿਅਕਤੀ ਭਗੋੜਾ ਹੁੰਦਾ ਇੱਕ ਵਿਅਕਤੀ ਰੂਪੋਸ਼ ਹੁੰਦਾ ਤਾਂ ਉਸ ਤੇ ਸਾਰੇ ਹੀ ਪਰਿਵਾਰ ਨੂੰ ਫੜ ਕੇ ਉਹ ਥਾਣੇ ਦੇ ਵਿੱਚ ਬੰਦ ਕਰ ਦਿੰਦੇ ਹਨ ਇੱਕ ਵਾਰ ਇਹੋ ਜਿਹਾ ਸਮਾਂ ਵੀ ਆਇਆ ਕਿ ਭਾਈ ਗੁਰਦੀਪ ਸਿੰਘ ਦੀਪਾ ਦੇ 15 ਰਿਸ਼ਤੇਦਾਰਾਂ ਨੂੰ ਫੜ ਕੇ ਬਖ-ਬਖ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਸੀ ਪੁਲਿਸ ਨੇ ਪਰ ਜਿੱਥੇ ਪੁਲਿਸ ਦਾ ਸਾਹਮਣਾ ਹੋ ਜਾਂਦਾ ਸੀ ਭਾਈ ਗੁਰਦੀਪ ਸਿੰਘ ਦੀ ਪਾ ਦੇ ਨਾਲ ਜਾਂ ਪੁਲਿਸ ਨੂੰ ਪਤਾ ਲੱਗ ਜਾਂਦਾ ਸੀ ਕਿ ਭਾਈ ਗੁਰਦੀਪ ਸਿੰਘ ਦੀ ਪਾ ਦਾ ਗਰੁੱਪ ਇਸ ਰਸਤੇ ਆ ਰਿਹਾ ਤਾਂ ਪੁਲਿਸ ਵਾਲੇ ਉਹ ਰਸਤਾ ਛੱਡ ਦਿਆ ਕਰਦੇ ਸੀ ਕੋਈ ਵਾਰਦਾਤ ਹੁੰਦੀ ਪੁਲਿਸ ਵਾਰਦਾਤ ਵਾਲੀ ਥਾਂ ਤੇ ਪਹੁੰਚਦੀ ਉਹਨਾਂ ਨੂੰ ਪੁੱਛਦੀ ਕਿ ਭਾਈ ਗੁਰਦੀਪ ਸਿੰਘ ਦੀ ਪਾ ਅਤੇ ਉਹਦੇ ਸਾਥੀ ਸਨ ਜਾਂ ਹੋਰ ਕੋਈ ਸਨ ਤਾਂ ਪਿੰਡ ਵਾਲੇ ਕਹਿੰਦੇ ਕਿ ਸਾਨੂੰ ਨਹੀਂ ਪਤਾ ਕੌਣ ਸੀ ਸਾਨੂੰ ਤੇ ਇਹ ਪਤਾ ਕਿ ਇੱਥੇ ਆਈਸੀ ਗੋਲੀਆਂ ਚਲਾਈਆਂ ਜੋ ਚਲੇ ਗਏ ਆ ਜੋ ਕੁਛ ਹੈ ਇਹ ਤੁਹਾਡੇ ਸਾਹਮਣੇ ਪਿਆ ਤਾਂ ਪੁਲਿਸ ਵਾਲੇ ਪੁੱਛਦੇ ਕਿ ਉਹ ਕਿੱਧਰ ਨੂੰ ਗਏ ਆ ਜੇ ਪਿੰਡ ਵਾਲਿਆਂ ਨੇ ਇਸ਼ਾਰਾ ਜਿੱਧਰ ਨੂੰ ਉਹ ਗਏ ਹੋਣ ਉਧਰ ਨੂੰ ਕਰਨਾ ਤੇ ਪੁਲਿਸ ਵਾਲੇ ਉਸ ਤੋਂ ਉਲਟ ਦਿਸ਼ਾ ਵੱਲ ਤੁਰ ਪੰਦੇ ਸਨ ਔਰ ਨਾਲ ਹੀ ਪੁਲਿਸ ਪੁਲਿਸ ਵਾਲੇ ਪਿੰਡ ਵਸਨੀਕਾਂ ਨੂੰ ਕਹਿੰਦੇ ਸੀ ਕਿ ਤੁਸੀਂ ਝੂਠ ਬੋਲਦੇ ਆ ਤੁਸੀਂ ਅੰਦਰ ਖਾਤੇ ਉਹਨਾਂ ਦੇ ਨਾਲ ਰਲੇ ਹੋਏ ਹੋ ਜਦ ਕੀ ਅਸਲੀਅਤ ਇਹ ਸੀ ਕਿ ਪੁਲਿਸ ਦੇ ਵਿੱਚ ਇਨਾ ਹੌਸਲਾ ਹੀ ਨਹੀਂ ਸੀ ਕਿ ਉਹ ਪਾਈ ਗੁਰਦੀਪ ਸਿੰਘ ਦੀ ਪਾਜੇ ਗਰੁੱਪ ਦਾ ਸਾਹਮਣਾ ਕਰ ਸਕਣ ਜਾਂ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਦਾ ਪਿੱਛਾ ਕਰ ਸਕਣ ਸੋ ਬਹੁਤ ਸਾਰੇ ਘਟਨਾਮਾ ਹਨ ਜਿਹੜੀਆਂ ਇਹ ਸਾਬਤ ਕਰਦੀਆਂ ਹਨ ਪਾਈ ਗੁਰਦੀਪ ਸਿੰਘ ਦੀ ਪਾਜੋ 18 ਵਾਲੇ ਪਰਿਵਾਰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਿਆ ਕਰਦੇ ਸਨ ਇਸੇ ਤਰ੍ਹਾਂ ਇਹ ਘਟਨਾ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਹੜੀ ਘਟਨਾ ਪਿੰਡ ਮੈਸਮਪੁਰ ਫਲੋਰ ਦੇ ਲਾਗੇ ਵਾਪਰੀ ਸੀ ਮੈਸਮਪੁਰ ਪਿੰਡ ਮਠੱਡਾ ਕਲਾਂ ਦੇ ਨੇੜੇ ਹੈ ਭਾਈ ਗੁਰਦੀਪ ਸਿੰਘ ਦੀ ਪਾਪਣੇ ਸਾਥੀ ਦੇ ਨਾਲ ਜਾ ਰਿਹਾ ਸੀ ਤਕਰੀਬਨ 11:00 ਵਜੇ ਦਾ ਰਾਤ ਦਾ ਟਾਈਮ ਹੋ ਚੁੱਕਾ ਸੀ ਤਾਂ ਨਾਲ ਦਾ ਸਾਥੀ ਸਹਿ ਕਹਿਣ ਲੱਗਾ ਕਿ ਦੀਪਿਆ ਪਾਪਣੇ ਬੜਾ ਜ਼ੋਰ ਪਾਇਆ ਕੋਈ ਨਾ ਕੋਈ ਇੰਤਜ਼ਾਮ ਕਰੀਏ ਤਦੀਪਾ ਆਪਣੇ ਸਵਾ ਅਨੁਸਾਰ ਹਸ ਮੁਖ ਸਵਾ ਅਨੁਸਾਰ ਕਹਿ ਲੱਗਾ ਕਿ ਕੋਈ ਨਹੀਂ ਜਿਹੜਾ ਕਰ ਆਵੇਗਾ ਪਹਿਲਾ ਉਸੇ ਘਰ ਦਾ ਕੁੰਡਾ ਖੜਕਾ ਰਿਆਂਗੇ ਸ਼ਾਇਦ ਪ੍ਰਸ਼ਾਦੇ ਦੀ ਖੇਰ ਪੈ ਜਾਵੇ ਪਹਿਲਾ ਹੀ ਘਰ ਆਇਆ ਪਿੰਡ ਦੇ ਵਿੱਚ ਉਹਦਾ ਦਰਵਾਜ਼ਾ ਖੜਕਾਇਆ ਅੰਦਰੋਂ ਕਿਸੇ ਲੜਕੀ ਦੀ ਆਵਾਜ਼ ਆਈ ਕੌਣ ਹੈ ਤਾਂ ਪਾਈ ਗਰਜੀਵ ਸੰਗਤੀ ਪਾ ਦੇ ਸਾਥੀ ਕੁਝ ਨਾ ਬੋਲੇ ਦੂਜੀ ਵਾਰ ਨਜ਼ਦੀਕ ਆ ਕੇ ਕਿਸ ਉਸਨੇ ਪੁੱਛਿਆ ਲੜਕੀ ਨੇ ਕਿ ਕੌਣ ਆ ਤਾ ਦੀਪ ਨੇ ਹੌਲੀ ਤੇ ਆਖਿਆ ਕਿ ਮੈਂ ਦੀਪਾ ਹਾਂ ਹੀਰਾ ਵਾਲਾ ਅਸੀਂ ਦੋ ਜਣੇ ਹਾਂ ਸਾਨੂੰ ਭੁੱਖ ਲੱਗੀ ਹੋਈ ਆ ਪ੍ਰਸ਼ਾਦਾ ਚਾਹੀਦਾ ਤਾਂ ਉਸ ਲੜਕੀ ਨੇ ਆਖਿਆ ਇੱਥੇ ਖੜੇ ਰਹੋ ਇੱਕ ਮੈਂ ਠਹਿਰੋ ਉਹਨੇ ਆਪਣੀ ਮਾਤਾ ਨੂੰ ਦੱਸਿਆ ਤਮਾਤਾ ਨੇ ਆਖਿਆ ਕਿ ਜਾ ਰਸੋਈ ਦੇ ਵਿੱਚੋਂ ਸਰੋਂ ਦੇ ਤੇਲ ਵਾਲੀ ਬੋਤਲ ਲੈ ਕੇ ਆ ਉਸ ਲੜਕੀ ਨੇ ਸਰੋਂ ਦੇ ਤੇਲ ਵਾਲੀ ਬੋਤਲ ਲਿਆਂਦੀ ਮਾਤਾ ਨੇ ਕੁੰਡਾ ਖੋਲ੍ਹਿਆ ਅਤੇ ਤੀਨ ਵਾਕਿਆ ਕੀ ਪਹਿਲਾਂ ਤੇਲ ਚੋ ਦੋਨੇ ਪਾਸੇ ਉਹਨੇ ਦਰਵਾਜੇ ਦੇ ਦੋਨੇ ਪਾਸੇ ਤੇਲ ਚੋਇਆ ਤੇ ਤਿੱਪੇ ਨੂੰ ਅਤੇ ਉਹਦੇ ਸਾਥੀ ਨੂੰ ਆਖਿਆ ਕਿ ਪੁੱਤਰੋ ਹੌਣ ਲੰਗਾਓ ਤੁਸੀਂ ਰੋਟੀ ਦੀ ਗੱਲ ਕਰਦੇ ਆ ਅਸੀਂ ਤਾਂ ਤੁਹਾਡੇ ਦਰਸ਼ਨਾਂ ਨੂੰ ਤਸਦੀਆਂ ਸੋ ਇਹੋ ਜਿਹਾ ਪਿਆਰ ਇਹੋ ਜਿਹਾ ਸਤਿਕਾਰ ਪਰਿਵਾਰਾਂ ਵਾਲੇ ਠਾਰਾਂ ਵਾਲੇ ਭਾਈ ਗੁਰਦੀਪ ਸਿੰਘ ਦੀ ਪਾਰਾ ਕਰਦੇ ਸਨ ਔਰ ਇਹੀ ਕਾਰਨ ਹੈ ਕਿ ਪਾਈ ਗੁਰਦੀਪ ਸਿੰਘ ਦੀਪਾ ਨੇ ਸਾਡੇ ਇਲਾਕੇ ਦੇ ਵਿੱਚ ਆਪਣੇ ਇਲਾਕੇ ਦੇ ਵਿੱਚ ਸਭ ਤੋਂ ਲੰਬਾ ਸਮਾਂ ਰੂਪੋਸ਼ਰੰਦਿਆ ਜੀਵਨ ਬਤੀਤ ਕੀਤਾ ਨਾ ਹੀ ਉਸਨੇ ਆਪਣਾ ਇਲਾਕਾ ਛੱਡਿਆ ਨਾ ਹੀ ਉਸਨੇ ਖਾੜਕੂ ਕਾਰਵਾਈਆਂ ਬੰਦ ਕੀਤੀਆਂ ਅਤੇ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਿਹਾ ਔਰ ਸਭ ਤੋਂ ਲੰਬਾ ਸਮਾਂ ਕੰਢਿਆ 5 ਸਾਲ ਤਕਰੀਬਨ 9 ਮਹੀਨੇ ਦਾ ਸਮਾਂ ਭਾਈ ਗੁਰਦੀਪ ਸਿੰਘ ਨੇ ਆਪਣੇ ਇਲਾਕੇ ਵਿੱਚ ਰਹੰਗਿਆ ਹੀ ਬਤੀਤ ਕੀਤਾ ਇੱਕ ਵਾਰ ਸਾਥੀਆਂ ਦੇ ਕਹਿਣ ਤੇ ਭਾਈ ਗੁਰਦੀਪ ਸਿੰਘ ਦੀਪਾ ਨੇ ਬਾਹਰ ਜਾਣ ਦੀ ਕੋਸ਼ਿਸ਼ ਕੀਤੀ ਪਰ ਇਹ ਰਿਪੋਰਟ ਤੇ ਯਾਲੀ ਪਾਸਪੋਰਟ ਹੋਣ ਕਾਰਨ ਫੜਿਆ ਗਿਆ ਕਿੰਨਾ ਤੇਜ਼ ਤਤਰਾਰ ਸੀ ਭਾਈ ਗੁਰਦੀਪ ਸਿੰਘ ਦੀਪਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਾਇਨਟ ਦਾ ਕੈਪਸੂਲ ਭਾਈ ਗੁਰਦੀਪ ਸਿੰਘ ਦੀਪਾ ਦੇ ਕੋਲ ਸੀ ਸਰਫਤਾਰ ਕੀਤਾ ਤੇ ਹਾਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਪਰ ਸਾਇਨਰ ਦਾ ਕੈਪਸੂਲ ਫੇਰ ਬਿਲਕੁਲ ਓਕੇ ਰੱਖਿਆ ਜਦੋਂ ਉਸ ਦੀ ਜ਼ਮਾਨਤ ਹੋ ਗਈ ਜ਼ਮਾਨਤ ਕਰਵਾਉਣ ਵਾਲੀ ਸਿੰਘਾਂ ਨੇ ਪੁੱਛਿਆ ਕਿ ਤੂੰ ਸਾਇਨਰ ਦਾ ਕੈਪਸੂਲ ਤੇਰੇ ਕੋਲ ਸੀ ਤੂੰ ਖਾਧਾ ਘਾਤੇ ਨਹੀਂ ਤਾਂ ਉੱਦੀ ਪੇ ਦਾ ਜਵਾਬ ਸੀ ਜੇ ਮੈਨੂੰ ਉਥੋਂ ਪੰਜਾਬ ਪੁਲਿਸ ਲੈਣ ਆਉਂਦੀ ਤਾਂ ਉਹ ਮੈਂ ਫੇਰ ਖਾਣਾ ਸੀ ਸੋ ਇਹੋ ਜਿਹੀ ਸਕ੍ਰੀਮ ਦੂਰ ਅੰਦੇਸ਼ ਸੋਚ ਦਾ ਮਾਲਕ ਸੀ ਗੁਰਜੀਤ ਸਿੰਘ ਦੀਪਾ ਜਿਸ ਨੇ ਇਲਾਕੇ ਦੇ ਵਿੱਚ ਵੱਡੀ ਪੱਧਰ ਤੇ ਕਾਮਰੇ ਡਾਡਾ ਸвая ਕੀਤਾ ਉਥੇ ਸਰਕਾਰ ਦੇ ਪੁਲਿਸ ਦੇ ਮੁਖਵਰਾਂ ਦਾ ਚੁਣ ਚੁਣ ਕੇ ਸੋਧਿਆ ਸਰਕਾਰ ਵੱਲੋਂ ਪੁਲਿਸ ਵੱਲੋਂ ਪੈਦਾ ਕੀਤੀਆਂ ਹੋਈਆਂ ਬਲੈਕ ਕੈਟਸ ਕਾਲੀਆਂ ਬਿੱਲੀਆਂ ਦਾ ਸвая ਕੀਤਾ ਸੋ ਉਸ ਮਹਾਨ ਯੋਧੇ ਦੇ ਪਰਿਵਾਰ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ ਸਤਕਾਰਯੋਗ ਸਰਦਾਰ ਸੁਰਜੀਤ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੋਵੇਂ ਜਣੇ ਇੰਗਲੈਂਡ ਦੀ ਧਰਤੀ ਤੇ ਆਏ ਸਨ ਸਾਲ 2000 ਦੇ ਵਿੱਚ ਸ਼ੁਰੂ ਦੇ ਵਿੱਚ ਤਾਂ ਪਾਈਗਰਦੀਪ ਸਿੰਘ ਦੀਪਾ ਦੇ ਜਹਾਜ਼ ਦੇ ਵਿੱਚ ਅਖੰਡ ਪਾਤਸ਼ਾਹ ਰਖਵਾਇਆ ਗਿਆ ਸੀ ਅਤੇ ਉਹਦੇ ਤੋਂ ਬਾਅਦ ਸ਼ਹੀਦੀ ਸਮਾਗਮ ਦੌਰਾਨ ਉਹਨਾਂ ਨੂੰ ਸਰਦਾਰ ਹਰੀ ਸਿੰਘ ਨਲੂਆ 골ਡ ਮੈਡਲ ਦੇ ਨਾਲ ਸਨਮਾਨਿਤ ਕੀਤਾ ਸੀ ਸਰਦਾਰ surjeet singh ਅਤੇ ਮਾਤਾ ਗੁਰਬਚਨ ਕੌਰ ਨੇ ਉਸ ਵੇਲੇ ਪੂਰੇ ਵਿਸਤਾਰ ਸਹਿਤ ਪੁਲਿਸ ਵੱਲੋਂ ਕੀਤੇ ਜ਼ੁਲਮਾਂ ਦੀ ਦਾਸਤਾਨ ਸੁਣਾਈ ਸੀ ਸਰਦਾਰ surjeet singh ਹੁਣਾਂ ਆਖਿਆ ਸੀ ਕਿ ਉਸਨੇ ਵੱਖ-ਵੱਖ ਥਾਣਿਆਂ ਦੇ ਵਿੱਚ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਹਵਾਲਾਤਾਂ ਦੇ ਵਿੱਚ ਬਤੀਤ ਕੀਤਾ ਸੋ ਪੁਲਿਸ ਨੇ ਹਰ ਤਰ੍ਹਾਂ ਦਾ ਹੱਥ ਕੰਡਾ ਵਰਤਿਆ ਸੀ ਕਿ ਭਾਈ ਗੁਰਦੀਪ ਸਿੰਘ ਦੀ ਪਾੜਾ ਹੌਸਲਾ ਪਾਸਟ ਕੀਤਾ ਜਾਵੇ ਪਰ ਉਹ ਨਹੀਂ ਸਿਚਾਨ ਦੇ ਇਹ ਪਾਈ ਗੁਰਦੀਪ ਸਿੰਘ ਦੀਪਾ ਰੋਮ ਰੋਮ ਤੋਂ ਸੰਤ ਜਰਨੈਲ ਸਿੰਘ ਦੀ ਖਾਸਾ ਪਿੰਡਰਾ ਵਾਲਿਆਂ ਦੇ ਬਚਨਾਂ ਨੂੰ ਸਮਰਪਿਤ ਹੈ ਅਤੇ ਉਹਨਾਂ ਦੀ ਬਚਨਾ ਅਨੁਸਾਰ ਉਹ ਖਾਲਿਸਤਾਨ ਦੀ ਜੰਗ ਲੜ ਰਿਹਾ ਹੈ ਸਿਪਾਈ ਗੁਰਦੀਪ ਸਿੰਘ ਦੀਪਾ ਨੇ ਕਾਰਵਾਈਆਂ ਆਪਣੀਆਂ ਬੰਦ ਨਾ ਕੀਤੀਆਂ ਅਤੇ 5 ਸਾਲ ਤੇ 9 ਮਹੀਨੇ ਲਗਾਤਾਰ ਕਾਰਵਾਈਆਂ ਜਾਰੀ ਰੱਖੀਆਂ ਅਗਰ ਔਸਤ ਔਸਤ ਵੇਖੀ ਜਾਵੇ ਤਾਂ ਹਰ 9ਵੇਂ ਦਿਨ ਭਾਈ ਗੁਰਦੀਪ ਸਿੰਘ ਦੀਪਾ ਨੇ ਇੱਕ ਦੁਸ਼ਟ ਨੂੰ ਸੋਦਾ ਲਾਇਆ ਸੋ ਉਸ ਪੰਥ ਦੇ ਮਾਨ ਪੰਥ ਦੇ ਬੱਬਰ ਸ਼ੇਰ ਭਾਈ ਗੁਰਦੀਪ ਸਿੰਘ ਦੀਪਾ ਨੂੰ 12 ਦਸੰਬਰ 1992 ਵਾਲੇ ਦਿਨ ਫਲੋਰ ਲਾਗੇ ਪਿੰਡ ਗੜਾ ਪਿੰਡਾ ਜੋ ਗੜੇ ਦੇ ਰਹਿਣ ਵਾਲੇ ਇੱਕ ਭਾਗ ਸਿੰਘ ਨਾਮ ਦੇ ਦੁਸ਼ਟ ਨੇ ਗद्दार ਨੇ ਤੋਕਿਉ ਦੇ ਨਾਲ ਪੁਲਿਸ ਦਾ ਕੇਰਾ ਪਵਾ ਦਿੱਤਾ ਉਸ ਦਿਨ ਪਾਈ ਗੁਰਦੀਪ ਸਿੰਘ ਦੀਪਾ ਬਿਲਕੁਲ ਨਿਹੱਥਾ ਸੀ ਭਾਗ ਸਿੰਘ ਦੇ ਕੋਲ ਪਾਈ ਗੁਰਦੀਪ ਸਿੰਘ ਦੀ ਠਹਰ ਸੀ ਭਾਗੇ ਨੇ ਬੇਈਮਾਨੀ ਕੀਤੀ ਤਾਂ ਉਸ ਨੇ ਆਪਣੇ ਰਿਸ਼ਤੇਦਾਰ ਪੁਲਸੀਆਂ ਨੂੰ ਸੱਦ ਕੇ ਕੇਰਾ ਪਵਾ ਦਿੱਤਾ ਜਦੋਂ ਵੇਖਿਆ ਤੇ ਪਾਈ ਗੁਰਦੀਪ ਸਿੰਘ ਦੀਪਾ ਦਾ ਕਿ ਮੇਰਾ ਹੁਣ ਇੱਥੋਂ ਨਿਕਲਣਾ ਮੁਸ਼ਕਲ ਹੈ ਤਾਂ ਉਸਨੇ ਸਾਇਨਰ ਦਾ ਕੈਪਸੂਲ ਖਾ ਲਿਆ ਅਤੇ ਆਖਰੀ ਫਤਿਹ ਬਲਾ ਦਿੱਤੀ ਕੌਮ ਨੂੰ ਗੁਰੂ ਚਰਨਾਂ ਦੇ ਵਿੱਚ ਜਾ ਬਰਾਜਿਆ ਸਾਡਾ ਬਹੁਤ ਹੀ ਪਿਆਰਾ ਵੀਰ ਭਾਈ ਗੁਰਦੀਪ ਸਿੰਘ ਦੀਪਾ ਪਿੰਡ ਹਿਆ ਭਾਈ ਗੁਰਦੀਪ ਸਿੰਘ ਦੀਪਾ ਦੀ ਸ਼ਹਾਦਤ ਹੋ ਗਈ ਉਸ ਦੀ ਮਰਤਕ ਦੇਹ ਨੂੰ ਲੈ ਕੇ ਜਦੋਂ ਉਹ ਪੁਲਿਸ ਵਾਲੇ ਜਾ ਰਹੇ ਸਨ ਤਾਂ ਫਲੋਰ ਦੇ ਡੀਐਸਪੀ ਬੁੱਚਰ ਕਮਲਜੀਤ ਕਿ ਲੋਰੋ ਪਤਾ ਲੱਗਿਆ ਤਾਂ ਉਸਨੇ ਫਟਾਫਟ ਪਿੱਛਾ ਕਰਕੇ ਉਹਨਾਂ ਦੇ ਕੋਲੋਂ ਭਾਈ ਗੁਰਦੀਪ ਸਿੰਘ ਦੀ ਪਾਜੀ ਮਰਤਕ ਦੀ ਖੋਲਈ ਅਤੇ ਉਸ ਮਰਤਕ ਦੇ ਦਾ ਝੂਠਾ ਪੁਲਿਸ ਮੁਕਾਬਲਾ ਬੁੱਚੜ ਪੁਲਿਸ ਆਫੀਸਰ ਕਮਲਜੀਤ ਕਿ ਲੋਨੇ ਪਿੰਡ ਤੇਂਗ ਦੇ ਲਗੇ ਸ਼ੂਕਤਾ اور ਸ਼ੂ ਕਰਕੇ ਉਸਨੇ ਡੀਐਸਪੀ ਤੋਂ ਐਸਪੀ ਦਾ ਰੈਂਕ ਹਾਸਲ ਕਰ ਲਿਆ ਸੀ ਇਹ ਉਹੀ ਕਮਲਜੀਤ ਢਿੱਲੋਂ ਹੈ ਜਿਸ ਨੇ 2 ਮਹੀਨੇ ਪਹਿਲਾਂ ਬਬਰ ਖਾ ਸਾਰੇ ਮੋਢੇ ਜਥੇਦਾਰ ਤਲਵੰਦਰ ਸਿੰਘ ਪਰਿਵਾਰ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਸੀ ਝੂਠਾ ਪੁਲਿਸ ਮੁਕਾਬਲਾ ਸ਼ੂ ਕੀਤਾ ਗਿਆ ਸਾਡੇ ਵੀਰ ਭਾਈ ਗੁਰਜੀਤ ਸਿੰਘ ਦੀ ਪਾੜਾ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਔਰ ਉਸ ਦੋਸ਼ਤ ਨੂੰ ਇਨਾਮ ਦੇ ਵਿੱਚ ਡੀਐਸਪੀ ਤੋਂ ਐਸਪੀ ਦਾ ਰੈਂਕ ਦੇ ਦਿੱਤਾ ਪਰ ਭਾਈ ਗੁਰਦੀਪ ਸਿੰਘ ਦੀਪਾ ਦੀ ਕੁਰਬਾਨੀ ਭਾਈ ਗੁਰਦੀਪ ਸਿੰਘ ਦੀਪਾ ਦੀ ਪੰਥ ਪ੍ਰਤੀ ਕੀਤੀ ਹੋਈ ਸੇਵਾ ਬਹੁਤ ਹੀ ਮਹਾਨ ਹੈ ਇੰਨੀ ਮਹਾਨ ਹੈ ਕਿ ਉਸ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਬੜਾ ਮੁਸ਼ਕਲ ਹੈ ਸੋ ਉਸ ਮਹਾਨ ਜੋਧੇ ਨੂੰ ਬਹੁਤ ਹੀ ਪਿਆਰੇ ਵੀਰ ਪਾਈ ਗੁਰਦੀਪ ਸਿੰਘ ਦੀਪਾ ਜਿਹਦੇ ਨਾਲ ਬਹੁਤ ਸਾਰੀਆਂ ਜਾਦਾ ਹਨ ਕੀ ਸ੍ਰੀ ਪ੍ਰਣਾਮ ਹੈ ਉਸ ਸੂਰਬੀਰ ਯੋਧੇ ਨੂੰ ਖਾਲਸਾ ਪੰਥ ਦੀ ਤਰਫੋਂ ਯੂਨਾਈਟਿਡ ਖਾਲਸਾ ਦਲ ਯੂਕੇ ਦੀ ਤਰਫੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੀ